ਲੋੜੀ ਕਿਤੋਂ ਬੌੜੀ ਰੱਬਾ ਅੱਜ ਤੇਰੀ ਲੋੜ ਹੈ ਬੌੜੀ ਕਿਤੋਂ ਬੌੜੀ ਰੱਬਾ ਯਾਰ ਮੈਨੂੰ ਨਹੀਂ ਲੱਗਦਾ ਵੀ ਉਹਨੇ ਕਤਲ ਕੀਤਾ ਹੋਣਾ। ਹਾਂ ਯਾਰ, ਉਹ ਤਾਂ ਬੜੀ ਚੁੱਪ ਗੜੁੱਪ ਤੇ ਸ਼ਾਂਤ ਰਹਿਣ ਵਾਲੀ ਕੁੜੀ ਸੀ। ਉਹਦਾ ਚਿਹਰਾ ਵੇਖ ਕੇ ਲੱਗਦਾ ਨਹੀਂ ਉਹਨੇ ਕਤਲ ਕੀਤਾ ਹੋਣਾ। ਮੈਨੂੰ ਲੱਗਦਾ ਉਹਨਾਂ ਨੇ ਕਿਤੇ ਕੁੱਤੇ ਦੀ ਸੋਟੀ ਵੀ ਨਹੀਂ ਮਾਰੀ ਹੋਣੀ। ਮੈਂ ਉਹਨੂੰ ਤੁਹਾਡੇ ਤੋਂ ਜ਼ਿਆਦਾ ਜਾਣਦਾ। ਹਾਂ ਹਾਂ, ਤੂੰ ਉਹਦੇ ਨਾਲ ਲੰਮਾ ਚਿਰ ਕੰਮ ਜੋ ਕੀਤਾ। ਮੈਨੂੰ ਅੱਜ ਵੀ ਯਾਦ ਹੈ ਜਦੋਂ ਪਹਿਲੀ ਵਾਰੀ ਦਫ਼ਤਰ ਆਈ ਸੀ। ਕੀ ਨਾਮ ਹੈ ਜੀ ਤੁਹਾਡਾ? ਰਮਨੀਤ। ਬੜਾ ਮਨਮੋਹਕ ਨਾਮ ਹੈ ਤੁਹਾਡਾ। ਜ਼ਰੂਰੀ ਤਾਂ ਨਹੀਂ ਮਨਮੋਹਕ ਨਾਮ ਵਾਲੇ ਮਨਮੋਹਕ ਹੀ ਹੋਣ। ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਜੀ, ਤੁਸੀਂ ਤਾਂ ਗੱਲ ਦਿਲ ਤੇ ਲਾ ਗਏ। ਗੱਲ ਕਹਿੰਦੇ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਵਾ ਦਿੰਨੀ ਆ। ਸੋਚ ਸਮਝ ਕੇ ਗੱਲ ਕਰਿਆ ਕਰੋ। ਪੰਖ ਨਹੀਂ ਲੈ ਲਿਆ, ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਜੀ, ਸੋਰੀ ਮੈਮ। ਪਤੰਦਰਾ ਐਵੇਂ ਕੋਈ ਨਵਾਂ ਪੰਗਾ ਨਾ ਪਾਲੀ, ਫਲੂਹੇ ਤੋਂ ਭਾਂਬੜ ਬੰਦਿਆ ਦੇਰ ਨਹੀਂ ਲੱਗਦੀ ਹੁੰਦੀ। ਵੇਖੋ ਕਾਕਾ, ਤੁਸੀਂ ਸਾਡੀ ਕੰਪਨੀ ਦਾ ਬਹੁਤ ਹੀ ਸਾਥ ਦਿੱਤਾ, ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਬੇਟੇ ਦਾ ਵੀ ਇਸ ਤਰ੍ਹਾਂ ਸਾਥ ਦਿਓਗੇ, ਜੋ ਕਿ ਬਾਹਰੋਂ ਪੜ੍ਹਾਈ ਕਰਕੇ ਆ ਗਿਆ ਅਤੇ ਕੱਲ੍ਹ ਕੰਮ ਸੰਭਾਲੂਗਾ। ਓਕੇ ਸਰ। ਅੱਜ ਆਪਣੇ ਨਵੇਂ ਬੌਸ ਨੇ ਆਉਣਾ, ਹੁਣ ਪਤਾ ਵੀ ਕਿਹੋ ਜਿਹੇ ਸੁਭਾਅ ਦਾ।
ਓਏ ਕਹਿੰਦੇ ਨਹੀਂ ਹੁੰਦੇ, ਕਿਸੇ ਨੇ ਵਾਲ ਕੱਟਣ ਵਾਲੇ ਨੂੰ ਪੁੱਛਿਆ ਬਈ ਵਾਲ ਕਿੱਡੇ ਕਿੱਡੇ ਆ, ਕਹਿੰਦਾ ਵਹਿ ਟੇਕੇ ਸਾਹਮਣੇ ਡਿੱਗਣੇ ਆ। ਲੱਗ ਜੂ ਅੱਧੇ ਘੰਟੇ ਨੂੰ ਪਤਾ ਓਕੇ ਜੇ ਸਵਾਦ ਆ। Good morning. Morning. Good morning, sir. Morning. Morning. Good morning, sir. Good morning, sir. Good morning. Very good morning. Myself, Aman. Aman Rathore. Hello? Sunny, come inside. Yes, sir. Sunny, pehla ta apne notes apne band kar. Karte huzur. Aa ek minute baitho aise. Thank you, sir. Tusi Ramnik nu kinni der tu jande ho? Ehi sir, koi 3 saal na to ji. Te inna 3 saalan ch tusi nu kinna ka janya? ਕੁਛ ਖਾਸ ਨਹੀਂ ਸਰ, ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ। ਮੈਨੂੰ ਲੱਗਦਾ ਚੰਗਾ ਬੌਸ ਹੋਣ ਦੇ ਨਾਤੇ ਮੈਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਤਾਂ ਬਹੁਤ ਅੱਛੀ ਗੱਲ ਹੈ ਸਰ। ਓਕੇ, ਉਸਨੂੰ ਭੇਜੋ ਫਿਰ। ਜੀ ਜ਼ਰੂਰ। ਸਰ, ਤੁਸੀਂ ਮੈਨੂੰ ਬੁਲਾਇਆ? ਓ ਯੈਸ, ਪਲੀਜ਼ ਸਿਟ ਡਾਊਨ। ਜੀ ਰਮਣੀਕ, ਵੈਸੇ ਤਾਂ ਕਿਸੇ ਵੀ ਕਰਮਚਾਰੀ ਦੀ ਨਿੱਜੀ ਜ਼ਿੰਦਗੀ ਨਾਲ ਮੇਰਾ ਕੁਛ ਲੈਣਾ ਦੇਣਾ ਨਹੀਂ, ਤੇ ਨਾ ਹੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰਨਾ ਮੈਂ ਚੰਗਾ ਸਮਝਦਾ। ਅਗਰ ਤੁਸੀਂ ਇਸ ਦਾ ਉੱਤਰ ਨਾ ਵੀ ਦੇਣਾ ਚਾਹੋ ਤਾਂ ਇਹ ਜ਼ਰੂਰੀ ਵੀ ਨਹੀਂ, ਪਰ ਅਗਰ ਤੁਸੀਂ ਮੈਨੂੰ ਇਸ ਯੋਗ ਸਮਝੋ ਤਾਂ ਕੀ ਆਪਾਂ ਕੌਫੀ ਪੀਣ ਚੱਲੀਏ? ਸਰ, ਤੁਹਾਡੀ ਇਮੇਜ ਸਟਾਫ ਵਿੱਚ ਸਲੋਨੀ ਹੋ ਗਿਆ। ਤਾਂ ਕੀ ਮੈਂ ਇਸ ਨੂੰ ਹਾਂ ਸਮਝਾਂ? ਜੀ ਸਰ। ਓਕੇ, ਤੇ ਕੱਲ ਐਤਵਾਰ ਹੈ, ਆਪਾਂ 2 ਵਜੇ ਰੈਸਟੋਰੈਂਟ ਮਿਲਦੇ ਹਾਂ। ਓਕੇ ਸਰ। ਰਮਣੀਕ, ਮੈਨੂੰ ਗਲਤ ਨਾ ਸਮਝਿਓ। ਨਹੀਂ ਸਰ, ਮੈਂ ਤੁਹਾਨੂੰ ਗਲਤ ਨਹੀਂ ਸਮਝ ਰਹੀ। ਮੈਂ ਤੁਹਾਡੇ ਨਾਲ ਸੱਚੀ ਸੁੱਚੀ ਦੋਸਤੀ ਦਾ ਰਿਸ਼ਤਾ ਰੱਖਣਾ ਚਾਹੁੰਦਾ, ਹੁਣ ਇਹਨੂੰ ਵੀ ਗਲਤ ਨਾ ਸਮਝੋ ਪਲੀਜ਼। ਮੈਂ ਕੁਛ ਪੁੱਛਣਾ ਚਾਹੁੰਦੀ ਹਾਂ, ਮੈਂ ਪੁੱਛ ਸਕਦੀ ਹਾਂ ਸਰ? ਹਾਂ ਬੋਲੋ। ਇੱਕ ਔਰਤ ਲਈ ਮਰਦ ਦਾ ਸਭ ਤੋਂ ਕਰੀਬੀ ਤੇ ਭਰੋਸੇ ਵਾਲਾ ਰਿਸ਼ਤਾ ਕਿਹੜਾ ਹੁੰਦਾ ਹੈ? ਕਰੀਬੀ ਭਰੋਸੇ ਵਾਲਾ ਤਾਂ ਬਾਪ ਦਾ ਹੀ ਹੁੰਦਾ। ਜੇ ਉਹੀ ਰਿਸ਼ਤਾ ਖੋਟਾ ਹੋਵੇ? ਸੌਰੀ ਸਰ, ਮੈਨੂੰ ਘਬਰਾਹਟ ਹੋ ਰਹੀ ਹੈ, ਮੈਂ ਜਾਣਾ ਚਾਹੁੰਦੀ ਹਾਂ। ਮੈਨੂੰ ਤੇਰੀ ਇੱਕੋ ਗੱਲ ਪਰੇਸ਼ਾਨ ਕਰਦੀ ਹੈ। ਉਹ ਕਿਹੜੀ ਸਰ? ਤੇਰੇ ਇੰਨਾ ਗੁੰਮਸੁੰਮ ਰਹਿਣ ਦਾ ਕਾਰਨ ਕੀ ਹੈ?
ਤੁਹਾਡੇ ਇਸ ਗੱਲ ਦਾ ਜਵਾਬ ਦੇਣ ਲਈ ਮੈਨੂੰ ਆਪਣੇ ਜ਼ਖਮਾਂ ਨੂੰ ਫਿਰ ਤੋਂ ਖਰੀਦਣਾ ਪੈਣਾ ਹੈ। ਮੈਂ ਜਾਣਦਾ ਤੇਰੇ ਅੰਦਰ ਕੁਝ ਤਪ ਰਿਹਾ, ਪਰ ਸੇਕ ਲੱਗੇ ਬਿਨਾਂ ਤਾਂ ਰੋਟੀ ਵੀ ਨਹੀਂ ਪੱਕਦੀ। ਸਰ, ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਹਾਂ, ਤੁਸੀਂ ਮੇਰੀ ਸੋਚ ਵੀ ਬਦਲੀ ਹੈ। ਰਮਣੀਕ, ਜੇਕਰ ਮੈਂ ਤੇਰੀ ਸੋਚ ਥੋੜ੍ਹੀ ਜਿਹੀ ਵੀ ਬਦਲੀ ਹੈ ਤਾਂ ਮੇਰੇ 'ਤੇ ਯਕੀਨ ਕਰ, ਆਪਣੇ ਮਨ ਦੀ ਗੰਢਾਂ ਨੂੰ ਖੋਲ ਸਕਦੀ ਹੈ। ਮੈਨੂੰ ਕੁਝ ਟਾਈਮ ਚਾਹੀਦਾ। ਓਕੇ, ਟੇਕ ਯੋਰ ਟਾਈਮ। ਮੈਨੂੰ ਪਤਾ ਅਮਨ ਜੀ, ਹੁਣ ਤੁਹਾਡਾ ਰਵੱਈਆ ਮੇਰੇ ਪ੍ਰਤੀ ਬਦਲ ਜਾਣਾ ਹੈ, ਪਰ ਤੁਹਾਨੂੰ ਦੱਸਣਾ ਵੀ ਬਹੁਤ ਜ਼ਰੂਰੀ ਸੀ। ਤੁਹਾਡੀ ਹਮਦਰਦੀ ਕਰਕੇ ਮੈਂ ਤੁਹਾਡੇ ਤੋਂ ਕੁਝ ਲੁਕਾਉਣਾ ਨਹੀਂ ਚਾਹੁੰਦੀ ਸੀ। ਰਮਣੀਕ, ਤੂੰ ਆਪਣਾ ਦੁੱਖ ਮੈਨੂੰ ਦਿਲ ਖੋਲ ਕੇ ਦੱਸ ਤੇ ਆਪਣਾ ਮਨ ਹੌਲਾ ਕਰ। ਸ਼ੁਕਰੀਆ ਅਮਨ ਜੀ। ਅਗਰ ਮੈਂ ਤੇਰੀ ਜ਼ਿੰਦਗੀ ਵਿੱਚ ਆਸਰਾ ਬਣ ਕੇ ਪ੍ਰਵੇਸ਼ ਕਰ ਸਕਿਆ ਤਾਂ ਮੈਨੂੰ ਆਪਣੇ ਉੱਪਰ ਮਾਣ ਮਹਿਸੂਸ ਹੋਵੇਗਾ। ਮੈਨੂੰ ਲੱਗੇਗਾ ਕਿ ਮੇਰਾ ਇਸ ਦੁਨੀਆਂ 'ਤੇ ਆਉਣਾ ਸਫਲ ਹੋਇਆ। ਮੇਰੇ ਪਿਤਾ ਨੂੰ ਸ਼ਰਾਬ ਦੀ ਬਹੁਤ ਬੁਰੀ ਆਦਤ ਸੀ ਤੇ ਮਾਂ ਬੜੀ ਭੋਲੀ ਭਾਲੀ ਤੇ ਮਿਹਨਤੀ ਔਰਤ ਸੀ। ਉਹਨਾਂ ਦੋਹਾਂ ਦੀ ਲੜਾਈ ਝਗੜੇ ਵਿੱਚ ਸਾਡਾ ਦੋ ਭੈਣ ਭਰਾਵਾਂ ਦਾ ਜਨਮ ਹੋਇਆ। ਬੱਚੇ ਪਾਲਣ ਲਈ ਮਾਂ ਨੂੰ ਹੀ ਜੱਦੋਜਹਿਦ ਕਰਨੀ ਪਈ ਤੇ ਬਾਪ ਦਾਰੂ ਦੇ ਜੁਗਾੜ ਵਿੱਚ ਲੱਗਿਆ ਰਹਿੰਦਾ। ਉਹਨੂੰ ਹੋਰ ਕੋਈ ਟੈਨਸ਼ਨ ਨਹੀਂ ਸੀ। ਮਾਂ ਸਵੇਰ ਦੀ ਗਈ ਕੰਮ ਤੋਂ ਸ਼ਾਮ ਨੂੰ ਘਰ ਮੁੜਦੀ। ਦੋਹੇ ਬੱਚਿਆਂ ਦਾ ਖਰਚਾ ਨਾ ਚੁੱਕਣ ਕਾਰਨ ਭਰਾ ਨੂੰ ਮਾਮਾ ਲੈ ਗਿਆ। ਮੇਰੀ ਜ਼ਿੰਦਗੀ ਵਿੱਚ ਪਹਿਲਾ ਮਰਦ ਪਿਤਾ ਰੂਪ ਵਿੱਚ ਆਇਆ। ਜਿਸ ਨੂੰ ਮੇਰਾ ਰਕਸ਼ਕ ਬਣਨਾ ਚਾਹੀਦਾ ਸੀ ਉਹੀ ਮੇਰਾ ਭਕਸ਼ਕ ਬਣਿਆ। ਉਹ ਬਚਪਨ ਪੁਣੇ ਦਾ ਦਰਦ ਅੱਜ ਵੀ ਮੇਰੀ ਮਾਨਸਿਕਤਾ ਵਿੱਚ ਖਿੱਲ ਵਾਂਗ ਠੁੱਕਿਆ ਹੋਇਆ। ਲੈ ਪੁੱਤ, ਰੋਟੀ ਖਾ ਲਿਆ ਕਰ, ਅੱਧਾ ਟਿਫਨ ਨਾ ਮੁੜ ਕੇ ਲਿਆ। ਜੇ ਰੋਟੀ ਨਾ ਖਾਏਗਾ ਤੇ ਤਗੜਾ ਕਿੱਥੋਂ ਹੋਏਗਾ? ਮੈਂ ਤਗੜਾ ਕਰਕੇ ਇਹਨੂੰ ਲੋਕਾਂ ਦੇ ਕੰਧਾਂ ਕੋਠੇ ਟਪਾਉਣੇ ਆ? ਗੱਲਾਂ ਦੇ ਕਰਦੀ, ਨਾਲੇ ਟਾਈਮ ਨਾਲ ਸਿੱਧੀ ਕਰਿਆ ਕਰ। ਕੋਲੇ ਕਛ ਦੀ ਪਤਾ ਨਹੀਂ ਕਿੱਥੇ ਆਥਣ ਕਰ ਆਉਂਦੀ ਆ। ਇਹਨੂੰ ਭੌਂਕੀ ਜਾਂਦੇ ਪੁੱਤ, ਇਹਨੇ ਤਾਂ ਆਪਣਾ ਨਾ ਲਹੂ ਪੀਣਾ ਲਿਆ ਹੋਇਆ। ਕੰਮ ਨਹੀਂ ਕਰਨਾ, ਘਰ ਨਹੀਂ ਕਰਨਾ, ਤੂੰ ਪੜ੍ਹਾਈ 'ਚ ਧਿਆਨ ਦਿਆ ਕਰ, ਠੀਕ ਹੈ? ਜਦੋਂ ਪੜ੍ਹ ਲਿਖ ਲਏਗਾ ਫਿਰ ਵੱਡਾ ਅਫਸਰ ਬਣ ਜਾਏਗਾ, ਆਪਾਂ ਇਸ ਚਮਦੇ ਉੱਤੋਂ ਖੇੜੇ ਛੜਾ ਲਾਂ। ਚੰਗਾ ਚੰਗਾ ਪੁੱਤ, ਮੈਂ ਲੇਟ ਹੋ ਰਹੀ ਹਾਂ, ਕੰਮ 'ਤੇ ਜਾਣਾ। ਕਿੰਨੀ ਸੋਹਣੀ ਲੱਗਦੀ, ਕਿੱਥੇ ਚੱਲਣੀ ਆ? ਪੜਨ ਨਾ, ਪੜ ਕੇ ਤੂੰ ਡੀਸੀ ਲੱਗਣਾ। ਮੈਂ ਮਾਮਾ ਨੂੰ ਦੱਸੂਗੀ। ਮਾਂ ਨੂੰ ਦੱਸੇਗੀ? ਮਾਂ ਨੂੰ ਦੱਸਣ ਬਾਰੇ ਸੋਚਿਆ ਵੀ ਨਾ, ਨਾਲੇ ਤਾਂ ਬੋਟੀ ਬੋਟੀ ਕਰੂੰ ਤੇਰੀ ਤੇ ਨਾਲੇ ਤੇਰੀ ਮਾਂ ਦੀ।
मैं हर वक्त स्कूल विच सहमी सहमी च ही रहिंदी ते सोचदी कि जे मेरे मन मार दिता ते मैं की करूंगी। शायद पढ़ाई ने मेरे विच थोड़ा बहुत आत्मविश्वास भर दिता ते मैं थाने जाके सारी गल दस दित्ती। पाच कुछ तहकीकात दौरान बाप नूं सजा हो गई ते मां दी मौत हो गई। माँ माँ उठ जा, माँ मैं की दे आसरे जाऊंगी, उठ जा रूप विच आया जिसने मेरे सिर ते हाथ ना रखिया। तू मैनू बुलाउंदा क्यों नहीं, मेरे नाल क्यों रुस्या होया है? मैं तैनू बुला के करना भी की है? मेरी की गलती है, मैं की कीता है? कीता? तेरे करके मेरा प्यो अज जेल दिया सलाखां दे पिछे आ। लोक मैनू गल्लां करदे आ। लोक तैनू नहीं, लोक मैनू गल्लां कहंदे ने। जा जा दफा हो। इस तो बात मर्द जात तो मैनू नफरत होन लग पई जिस विच कोई भावना नहीं हुंदी। मैं सरासर बेगुनाह होके भी गुनाहगार बन के जी रही हां। अमन जी, मैं अपना घर छड्डिया, शहर छड्डिया, पर अपने सैकदे अतीत नूं नहीं छड्ड सकी। अज भी उस नूं अपने मोढ़िआं ते चक्की फिरदी हां। तैनू इस लाश दा भार सुटना ही पऊगा, नहीं तो एक दिन तेरा अपना दम कुट जाऊगा। मेरे दुखां दियां कंधां बहुत उच्चियां ने अमन जी। तू अपनी नजर नू फिल्टर करके इन्हां कंधां तू पार चाके दे। इस कलयुगी दुनिया विच कुछ सतयुगी लोग भी वसते ने। रमणीक, तकरीबन 5 महीने हो गए आपां नूं मिलदे ते मेरी मंजिल दा सफर होर किन्ना क लम्मा है। अमन, तुहाडा नाम ही अमन नहीं, तुसीं अमन दी मूर्त वी हो। की मैं इस नूं हां समझां? इत्तेफाक है या रब ने मिलाया है, इको तकनी च दिल तेरे उते आया है, इको तकनी च दिल तेरे उते आया है। हुण सानू सोणिया डर नहीं जगदा, रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा।
मुख तेरा देखे बिना आवे ना सकून दे, बस तेनू पाया एक यही सी जनून दे, बस तेनू पाया एक यही सी जनून दे। और भी हसीन चेहरे बड़े कायनात च, होर भी हसीन चेहरे बड़े कायनात च, साडे नाल चन्ना इक तू ही है बेफबदा। रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा। साडी जन्मां दी सांझ कदे पावी ना जुदाई रे, अखियां तो ओले हो जे हो जा मैं शुदाई रे, अखियां तो ओले हो जे हो जा मैं शुदाई रे, दीद तेरी लई रहंदा तड़फ दा दिल है, दीद तेरी लई रहंदा तड़फ दा दिल, शाला करे खैर दिन टले ना वे अज दा। रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा। जिस्मानी नहीं प्यार साडा रूहां दा ए मेल, लिखे संजोग ये मुकद्दरां दे खेल वे, लिखे संजोग ये मुकद्दरां दे खेल वे, मैं ता सजना वे जिंद तेरे नाल वाई वे, मैं ता सजना वे जिंद तेरे नाल वाई, करा शुकराना वे मैं उस सच्चे रब दा। रब दी कसम वे तू सोना बड़ा लगदा, रब दी कसम वे तू सोना बड़ा लगदा, रब दी कसम वे तू सोना बड़ा लगदा, कसम वे तू सोना बड़ा लगदा। चलो वापस चलिए, चलो ए बैकर 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 बैकर, ओ गड्डी बैक जा रही है, बैकर 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 गड्डी बैक जा रही है, ए गड्डी घूमगी घूमगी, स्लो 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 स्लो, पीछे देख पीछे देख पीछे देख पीछे देख पीछे देख, बच्चा मेरा होगी स्टार्ट गड्डी, चल हुन अपन चलाई गड्डी, चलो चलिए, ए होगी स्टार्ट। चल पापा पहले किसी कर दे फटाफट, चली हूं आपा आपा हूं गड्डी स्टार्ट कर ली। ए की हो रहा है, ए आ रहे ने घोड़े, टुक 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 टुक, ए घोड़े आ रहे ने, आ रहे ने, आ रहे ने, आ रहे ने, आ गए आ गए आ गए, आ रहे आ रहे आ गए, घोड़े आ गए, ए आ गए 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 आ गए, कितने आ गए कितने आ गए कितने आ गए कितने आ गए घोड़े कितने आ गए 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 जरोनर, मेरी अदालत अगे दरख्वास्त है कि अमन दे दफ्तर दे कर्मचारी राकेश कुमार नू अदालत विच हाजर किया जाए जी। इजाजत है। राकेश कुमार हाजिर हो। मिस्टर राकेश, इस पूरे वाक्य बारे दसो जो इस घटना का कारण बनया। जी साहब,
ਸਵੇਰ ਦਾ ਟਾਈਮ ਸੀ, ਮੈਡਮ ਦਫ਼ਤਰ ਵਿੱਚ ਇਕੱਲੇ ਆਏ ਸੀ। ਮੈਂ ਮੈਡਮ ਦੇ ਕੈਬਨ ਵਿੱਚ ਜਾ ਕੇ ਮੈਡਮ ਨੂੰ ਪੁੱਛਿਆ, ਮੈਮ ਆ ਜਵਨ ਸਰ ਨਹੀਂ ਆਏ? ਉਹ ਬਾਹਰ ਗਏ ਹੋਏ ਆ, ਕੱਲ੍ਹ ਆਉਣਗੇ। ਥੈਂਕ ਯੂ। ਅੱਜ ਸਭ ਤੋਂ ਵੱਡੀ ਖ਼ਬਰ ਜੋ ਤੁਹਾਨੂੰ ਕਰ ਦੇਵੇਗੀ ਹੈਰਾਨ ਪਰੇਸ਼ਾਨ। ਇੱਕ ਡੇਰਾਦਾਰ ਵੱਲੋਂ ਆਪਣੀ ਮੂੰਹ ਬੋਲੀ ਧੀ ਨੂੰ ਬਣਾਇਆ ਗਿਆ ਹਮਸ ਦਾ ਸ਼ਿਕਾਰ। ਪਿਓ ਧੀ ਦੇ ਰਿਸ਼ਤੇ ਨੂੰ ਕੀਤਾ ਤਾਰ ਤਾਰ। ਪੰਚਕੁਲਾ ਜੁੜ ਰਹੇ ਨੇ ਸਾਡੇ ਨਾਲ ਸਾਡੇ ਸੰਵਾਦਦਾਤਾ ਸਨੀ ਕੁਮਾਰ। ਜੀ ਹਾਂ ਸਨੀ ਕੁਮਾਰ, ਕੀ ਅਪਡੇਟ ਹੈ ਸਰ, ਕੀ ਅਪਡੇਟ ਹੈ? ਹਾਂਜੀ ਹਾਂਜੀ, ਹੁਣੇ ਸੂਤਰਾਂ ਤੋਂ ਪਤਾ ਲੱਗਿਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੀ। ਜੀ ਹਾਂ, ਇਹ ਹੈ ਸੱਚ ਡੇਰਾ ਮੁਖੀ ਰਾਮ ਰਹੀਮ ਦਾ। ਇੱਕ ਦਲੇਰ ਕੁੜੀ ਨੇ ਕੀਤਾ ਇਸ ਗੁਰਤਨ ਦਾ ਪਰਦਾਫਾਸ਼। ਸਭ ਤੋਂ ਪਹਿਲਾਂ ਸਾਡਾ ਚੈਨਲ ਦਿਖਾ ਰਿਹਾ ਹੈ ਦੇਸ਼ ਦੀ ਸਭ ਤੋਂ ਵੱਡੀ ਖ਼ਬਰ। ਸਨੀ ਕੁਮਾਰ ਜੀ, ਕੀ ਮਾਹੌਲ ਹੈ, ਕੀ ਮਾਹੌਲ ਹੈ ਪੰਚਕੁਲਾ ਦਾ? ਰਮੇਸ਼ ਮਿਸ਼ਰਾ ਜੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਪੰਚਕੁਲਾ ਦੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਹਨ। ਡੇਰਾ ਦਾ ਸਮਰਥਕਾਂ ਨੇ, ਡੇਰਾ ਦੇ ਜਿਹੜੇ ਸਮਰਥਕ ਨੇ ਉਹ ਵੀ ਬਹੁਤ ਜ਼ਿਆਦਾ ਭੜਕੇ ਹੋਏ ਨੇ ਅਤੇ ਇੱਥੇ ਬਹੁਤ ਹੀ ਜ਼ਿਆਦਾ ਦੰਗਾ ਫਸਾਦ ਸ਼ੁਰੂ ਹੋ ਚੁੱਕਾ। ਰਮਣੀਕ ਤੂੰ ਏਦਾਂ ਕਿਉਂ ਕੀਤਾ ਰਮਣੀਕ?
बस जा साहब, जो भी मैं देखिया जा लोकां तो सुनिया वो मैं तुहानू दस दिता। हाँ जज साहब, मैं अपनी बच्ची का कत्ल आप कीता, मैनू सजा दियो जज साहब, मैनू सजा दियो जज साहब। मेरी अपनी लघु लुहान जिंदगी बीती होण करके छत्तों पैर मेरी सुरत मेरी बच्ची विच लगी रहिंदी। अज मैं उसकी राखी की चिंता खत्म कर दिती जज साहब, मैनू सजा दियो, मैनू सजा दियो जज साहब, मैनू सजा दियो, मैनू सजा दियो जज साहब, मैनू सजा दियो, मैनू सजा दियो जज साहब, मैनू एक बार इस नाल गल करता ले दियो जज साहब, इसते बयान मैनू पागल करी जाते हैं जज साहब। तुसी चुपचाप बैठो जज साहब। मां ते बाप दा रिश्ता बेहद भरोसे वाला हुंदा है, पर कुछ कल जुगी बाप भी हुंदे आ जो मेरे वर्गी बदनसीब दी जिंदगी विच तबाही बन के आउंदे आ। धर्म दे नाते बाप वर्गी पवित्र रिश्ते दी आड़ विच मूं बोली बेटी दी इज्जत नाल खेडिया जांदा है। इस रिश्ते नूं कलंकित कीता जांदा है। किद्दां भरोसा बनो इस रिश्ते ते। पिता दा रिश्ता किन्ना पवित्र हुंदा है। जो रिश्ता समाज विच दल्ला बढ़िया बैठा है। जो किसी कुड़ी दा बचपन घर दी चार दीवारी विच घिर जावे तां उसनू रोशनी कित्थों दिखूगी। इना पाक पवित्र रिश्तिया नू तागी करन वाले दंता नू जिना चिर नथ ना पाई उना चिर इना ने दुध वांग सफेद रिश्तिया नू एदा ही काले करदे रहना है। जिना चिर इह कानून इना लोकां नू नथ नहीं पाउंदा उना चिर इह रिश्ते एदा ही तार तार हुंदे रहणगे जज साहब। मेरी शक्की मानसिकता दे ओले लुकी खुड़त्तन आज मेरी मिनी दी मौत दा कारण बनी जज साहब। जज साहब, ये हड बीती मैं इस करके सुना रही हूं ताकि मेरे वर्गे कोलों किसे बेकसूर मिनी दा कतल ना होवे। जज साहब, मेरी आखरी अपील इन्हां ढोंगियां नूं नथ पाई जावे ते मेरे वर्गी नूं कातल बनूं बिछाया जावे। विनी वर्गियां बेकसूर तियां नूं कतल होण तों बचाया जा सके जज साहब। Bye.